ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਸੀਐਮ ਭਗਵੰਤ ਮਾਨ ਦੀ ਕੈਬਨਿਟ 'ਚ ਅੱਜ ਹੋਵੇਗਾ ਵੱਡਾ ਫੇਰਬਦਲ। ਇਹਨਾਂ ਮੰਤਰੀਆਂ ਦੀ ਕੈਬਨਿਟ ਵਿੱਚੋਂ ਹੋਵੇਗੀ ਛੁੱਟੀ। ਪੰਜਾਬ ਸਰਕਾਰ ਨੇ ਔਰਤਾਂ ਦੀ ਇਹ ਮੰਗ ਕੀਤੀ ਪੂਰੀ, ਦਿੱਤਾ ਤੋਹਫ਼ਾ, ਕਰੋੜਾਂ ਰੁਪਏ ਕੀਤੇ ਜਾਰੀ। ਅੰਮ੍ਰਿਤਪਾਲ ਸਿੰਘ ਸਮੇਤ ਸਾਥੀਆਂ 'ਤੇ ਲਾਏ NSA ਸੰਬੰਧੀ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਦਿੱਤਾ ਜਵਾਬ। ਕਿਹਾ, ਸੀਐਮ ਮਾਨ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਜਾਨ ਦਾ ਖਤਰਾ। ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਬਾਰੇ ਵੱਡੀ ਖਬਰ। ਨਵਜੋਤ ਸਿੱਧੂ ਨੇ ਪਤਨੀ ਨਾਲ ਸ਼ੇਅਰ ਕੀਤੀ ਫੋਟੋ। ਪੰਜਾਬ 'ਚ ਪੰਚਾਇਤੀ ਚੋਣਾਂ ਦੀ ਤਿਆਰੀ, ਚੋਣ ਨਿਸ਼ਾਨਾਂ ਦੀ ਸੂਚੀ ਹੋਈ ਜਾਰੀ। ਮੌਸਮ ਵਿਭਾਗ ਵੱਲੋਂ ਨਵੀਂ ਅਪਰੇਟ, ਅਗਲੇ 2 ਦਿਨਾਂ ਲਈ ਕੀਤੀ ਭਵਿੱਖਬਾਣੀ। ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਦਾਅਵਾ, ਕਿਹਾ ਪੰਜਾਬ 'ਚ ਮਾੜੇ ਸ਼ਾਸਨ ਕਾਰਨ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਆਪ ਨੂੰ ਨਹੀਂ ਮਿਲੇਗੀ 1 ਸੀਟ। ਪੰਜਾਬ ਕੈਬਨਿਟ ਵਿੱਚ ਇੱਕ ਵਾਰ ਫਿਰ ਫੇਰਬਦਲ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਕੈਬਨਿਟ ਵਿੱਚੋਂ 4 ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ, ਜਦਕਿ 5 ਨਵੇਂ ਮੰਤਰੀ ਸ਼ਾਮਿਲ ਕੀਤੇ ਜਾਣਗੇ। ਜੋ 5 ਨਵੇਂ ਚਿਹਰੇ ਸ਼ਾਮਿਲ ਕੀਤੇ ਜਾਣਗੇ ਉਹਨਾਂ ਨੂੰ ਸੋਮਵਾਰ ਯਾਨੀ ਅੱਜ ਸਹੁੰ ਚੁਕਾਈ ਜਾਵੇਗੀ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ 4 ਕੈਬਨਿਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਕੈਬਨਿਟ ਵਿੱਚ 5 ਨਵੇਂ ਮੰਤਰੀ ਸ਼ਾਮਿਲ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਨਵੇਂ ਵਜ਼ੀਰਾਂ ਨੂੰ ਸੋਮਵਾਰ ਯਾਨੀ ਅੱਜ ਰਾਜ ਭਵਨ ਵਿੱਚ ਸਹੁੰ ਚੁਕਾਈ ਜਾਵੇਗੀ। ਸੂਤਰਾਂ ਦੇ ਮੁਤਾਬਿਕ ਚੇਤਨ ਸਿੰਘ ਜੂਣਾ ਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਕੈਬਨਿਟ ਮੰਤਰੀ ਅਨਮੋਲ ਗਗਨਮਾਨ, ਬਲਕਾਰ ਸਿੰਘ ਅਤੇ ਸਰਹੱਦੀ ਖਿੱਤੇ ਦੇ ਇੱਕ ਹੋਰ ਵਜ਼ੀਰ ਦੀ ਕੈਬਨਿਟ ਵਿੱਚੋਂ ਛੁੱਟੀ ਹੋ ਸਕਦੀ ਹੈ। ਦੂਜੇ ਪਾਸੇ ਵਰਿੰਦਰ ਕੁਮਾਰ ਗੋਇਲ, MLA ਡਾਕਟਰ ਰਵੀਜੋਤ, ਤਰਨਪ੍ਰੀਤ ਸਿੰਘ ਸੋਂਧ, ਮਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡੀਆ ਤੋਂ ਇਲਾਵਾ ਇੱਕ ਹੋਰ ਨੌਜਵਾਨ ਚਿਹਰੇ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਸੂਬੇ ਭਰ ਦੀਆਂ ਕੰਮਕਾਜੀ ਔਰਤਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਮੋਹਾਲੀ 'ਚ ਆਧੁਨਿਕ ਵਰਕਿੰਗ ਵੂਮੈਨ ਹੋਸਟਲ ਦੀ ਉਸਾਰੀ ਸ਼ੁਰੂ ਕਰਨ ਜਾ ਰਹੀ ਹੈ। ਇਸ ਸੰਬੰਧੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲਕਦਮੀ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਆਉਣ ਵਾਲੀਆਂ ਔਰਤਾਂ ਨੂੰ ਕਿਫਾਇਤੀ ਅਤੇ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕਰੇਗੀ। ਉਹਨਾਂ ਦੱਸਿਆ ਕਿ ਇਹ ਹੋਸਟਲ ਮੋਹਾਲੀ ਦੇ ਸੈਕਟਰ 79 'ਚ ਸਥਿਤ 0.98 ਏਕੜ ਪਲਾਟ ਵਿੱਚ ਬਣਾਇਆ ਜਾਵੇਗਾ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਨਿਰਭੈ ਫੰਡ ਤਹਿਤ 12.57 ਕਰੋੜ ਰੁਪਏ ਮਿਲੇ ਹਨ। ਇਸ ਪ੍ਰਸਤਾਵ ਨੂੰ ਪਹਿਲਾਂ ਹੀ ਯੋਜਨਾ ਤਹਿਤ ਸਥਾਪਿਤ ਅਧਿਕਾਰਿਤ ਕਮੇਟੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਖਾਸ ਤੌਰ 'ਤੇ ਮੋਹਾਲੀ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਵਧੇਰੇ ਵਰਕਿੰਗ ਵੂਮੈਨ ਹੋਸਟਲ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਔਰਤਾਂ ਨੂੰ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਸੁਰੱਖਿਅਤ ਅਤੇ ਸਹਾਇਕ ਮਾਹੌਲ ਯਕੀਨੀ ਬਣਾਇਆ ਜਾ ਸਕੇ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਅਤੇ ਇਸ ਨੂੰ ਵਧਾਉਣ ਅਤੇ ਨਜ਼ਰਬੰਦੀ ਦੀ ਮਿਆਦ ਵਧਾਉਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਜਵਾਬ ਦਿੰਦੇ ਹੋਏ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਮੁੱਖ ਮੰਤਰੀ ਲਈ ਖਤਰਾ ਕਰਾਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਥਾਣੇ 'ਤੇ ਹਮਲੇ ਤੋਂ ਬਾਅਦ ਇੱਕ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਸੀਐਮ ਭਗਵੰਤ ਮਾਨ ਦੀ ਹਾਲਤ ਬੇਅੰਤ ਸਿੰਘ ਵਾਂਗ ਕਰਨ ਦੀ ਗੱਲ ਦੱਸੀ ਗਈ ਸੀ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਸਰਬਜੀਤ ਸਿੰਘ ਕਲਸੀ, ਗੁਰਮੀਤ ਸਿੰਘ ਗਿੱਲ, ਪੱਪਲਪ੍ਰੀਤ ਸਿੰਘ ਅਤੇ ਹੋਰਨਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਹਨਾਂ ਵਿਰੁੱਧ NSA ਲਗਾਉਣ ਸਮੇਤ ਕਾਰਵਾਈ ਗੈਰ ਸੰਵਿਧਾਨਿਕ ਕਾਨੂੰਨ ਦੇ ਵਿਰੁੱਧ ਅਤੇ ਸਿਆਸੀ ਮਤਭੇਦ ਕਾਰਨ ਕੀਤੀ ਗਈ ਹੈ, ਜੋ ਕਿ ਗਲਤ ਹੈ। ਪਟੀਸ਼ਨਰ ਵਿਰੁੱਧ ਅਜਿਹਾ ਕੋਈ ਕੇਸ ਨਹੀਂ ਬਣਿਆ ਜਿਸ ਕਾਰਨ ਉਹਨਾਂ ਨੂੰ ਨਿਵਾਰਕ ਹਿਰਾਸਤ ਵਿੱਚ
ਰੱਖਣ ਦਾ ਹੁਕਮ ਦਿੱਤਾ ਜਾ ਸਕੇ। ਉਹਨਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਨਾ ਸਿਰਫ 1 ਸਾਲ ਤੋਂ ਵੱਧ ਸਮੇਂ ਤੋਂ ਪ੍ਰੀਵੈਂਟਿਵ ਡਿਟੇਸ਼ਨ ਐਕਟ ਲਾਗੂ ਕੀਤਾ ਗਿਆ ਹੈ, ਸਗੋਂ ਉਹਨਾਂ ਨੂੰ ਪੰਜਾਬ ਤੋਂ ਦੂਰ ਹਿਰਾਸਤ ਵਿੱਚ ਰੱਖ ਕੇ ਅਸਾਧਾਰਨ ਅਤੇ ਬੇਰਹਿਮ ਤਰੀਕੇ ਨਾਲ ਉਹਨਾਂ ਦੀ ਆਜ਼ਾਦੀ ਤੋਂ ਵਾਂਝਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਜਵਾਬ ਦਿੱਤਾ ਹੈ ਕਿ ਉਹ ਹਿਰਾਸਤ ਵਿੱਚ ਰਹਿੰਦਿਆਂ ਵੀ ਵੱਖਵਾਦੀਆਂ ਦੇ ਸੰਪਰਕ ਵਿੱਚ ਸੀ। ਸੂਬੇ ਦੀ ਸੁਰੱਖਿਆ ਲਈ ਅੰਮ੍ਰਿਤਪਾਲ ਸਿੰਘ ਦੀ ਹਿਰਾਸਤ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਹੁਣ ਹਲਫਨਾਮਾ ਦਾਇਰ ਕਰਕੇ ਕਿਹਾ ਕਿ ਇਹਨਾਂ ਵਿਅਕਤੀਆਂ ਦੀ ਰਿਹਾਈ ਨਾ ਸਿਰਫ ਪੰਜਾਬ ਦੇ ਅਮਨ ਕਾਨੂੰਨ ਲਈ ਖਤਰਾ ਹੈ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਣ ਮਰਿਆਦਾ ਲਈ ਵੀ ਖਤਰਾ ਹੈ। ਹਾਈਕੋਰਟ ਨੂੰ ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਥਾਣੇ ਦੇ ਬਾਹਰ ਵੀਡੀਓ ਬਣਾਈ ਸੀ। ਇਸ ਵੀਡੀਓ ਵਿੱਚ ਕਿਹਾ ਗਿਆ ਸੀ ਕਿ ਸੀਐਮ ਮਾਨ ਵੀ ਬੇਅੰਤ ਸਿੰਘ ਦੇ ਰਾਹ 'ਤੇ ਚੱਲ ਪਿਆ ਹੈ, ਉਸਦਾ ਵੀ ਉਹੀ ਅੰਜਾਮ ਹੋਵੇਗਾ ਜੋ ਬੇਅੰਤ ਸਿੰਘ ਦਾ ਹੋਇਆ ਸੀ। ਪੰਜਾਬ ਹਰਿਆਣਾ ਹਾਈਕੋਰਟ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ, ਜਿਹੇ 'ਚ ਹਾਈਕੋਰਟ ਨੇ ਇਹਨਾਂ ਸਾਰੀਆਂ ਪਟੀਸ਼ਨਾਂ 'ਤੇ ਪੰਜਾਬ ਸਰਕਾਰ ਤੋਂ NSA ਲਗਾਉਣ ਸੰਬੰਧੀ ਪੂਰਾ ਰਿਕਾਰਡ ਤਲਬ ਕੀਤਾ ਸੀ। ਕੈਂਸਰ ਨਾਲ ਜੰਗ ਲੜ ਰਹੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਹੁਣ ਠੀਕ ਹਨ। ਇਸ ਗੱਲ ਦਾ ਅੰਦਾਜ਼ਾ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਪੋਸਟ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿੱਚ ਉਹਨਾਂ ਨੇ ਆਪਣੀ ਪਤਨੀ ਨਾਲ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਵਿੱਚ ਉਹਨਾਂ ਲਿਖਿਆ ਹੈ ਕਿ ਕਿਹੋ ਜਿਹਾ ਬਦਲਾਅ 6 ਮਹੀਨੇ ਪਹਿਲਾਂ ਅਤੇ ਅੱਜ। ਪ੍ਰਸ਼ੰਸਕਾਂ ਨੇ ਲਿਖਿਆ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ, ਨਵਜੋਤ ਸਿੰਘ ਸਿੱਧੂ ਦੀ ਪਤਨੀ ਪਿਛਲੇ ਕੁਝ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਿਤ ਹਨ। ਉਹਨਾਂ ਦਾ ਇਲਾਜ ਹਰਿਆਣਾ ਅਤੇ ਪੰਜਾਬ 'ਚ ਚੱਲ ਰਿਹਾ ਸੀ। ਅਜਿਹੇ ਵਿੱਚ ਸਿੱਧੂ ਦਾ ਧਿਆਨ ਆਪਣੀ ਪਤਨੀ ਅਤੇ ਕ੍ਰਿਕਟ ਕਮੈਂਟਰੀ ਤੱਕ ਹੀ ਸੀਮਿਤ ਰਿਹਾ। ਲੋਕ ਸਭਾ ਚੋਣਾਂ ਆਉਂਦੇ ਹੀ ਚਰਚਾ ਸੀ ਕਿ ਸਿੱਧੂ ਦੀ ਪਤਨੀ ਪਟਿਆਲਾ ਤੋਂ ਚੋਣ ਲੜ ਸਕਦੇ ਹਨ, ਪਰ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਅਜਿਹੀਆਂ ਅਟਕਲਾਂ 'ਤੇ ਰੋਕ ਲੱਗਣੀ ਚਾਹੀਦੀ ਹੈ। ਸੂਬਾ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਨੰਬਰਾਂ ਰਾਹੀਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸਮਿਤੀਆਂ ਅਤੇ ਗ੍ਰਾਮ ਪੰਚਾਇਤ ਦੀਆਂ ਉਪ ਚੋਣਾਂ ਲਈ ਉਮੀਦਵਾਰਾਂ ਨੂੰ ਸੰਬੰਧਿਤ ਰਿਟਰਨਿੰਗ ਅਫਸਰ ਵੱਲੋਂ ਅਲੋਟ ਕੀਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਹਨਾਂ ਚੋਣ ਨਿਸ਼ਾਨਾਂ ਸੰਬੰਧੀ ਕਮਿਸ਼ਨ ਵੱਲੋਂ ਵੱਖਰੇ ਤੌਰ 'ਤੇ ਹੈੱਡ ਬੁੱਕ ਵੀ ਛਪਵਾਈ ਗਈ ਹੈ, ਜੋ ਕਿ ਕਮਿਸ਼ਨ ਦੀ ਵੈਬਸਾਈਟ 'ਤੇ ਉਪਲਬਧ ਹੈ, ਅਤੇ ਇਸ ਦੀਆਂ ਕਾਪੀਆਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਕੰਮ ਜ਼ਿਲ੍ਹਾ ਚੋਣ ਅਫਸਰਾਂ ਸਾਹਿਬਾਨਾਂ ਨੂੰ ਵੀ ਭੇਜੀਆਂ ਜਾ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਚੋਣ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਸਰਪੰਚਾਂ ਅਤੇ ਪੰਚਾਂ ਦੀਆਂ ਅਸਾਮੀਆਂ ਲਈ ਕੋਈ ਵੀ ਉਮੀਦਵਾਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਨਹੀਂ ਲੜ ਸਕੇਗਾ। ਹੈੱਡ ਬੁੱਕ ਵਿੱਚ ਟੇਬਲ ਨੰਬਰ 20 'ਚ ਸਰਪੰਚਾਂ ਲਈ ਅਤੇ ਟੇਬਲ ਨੰਬਰ 21 'ਚ ਉਮੀਦਵਾਰਾਂ ਲਈ ਦਿੱਤੇ ਫ੍ਰੀ ਚੋਣ ਨਿਸ਼ਾਨਾਂ ਵਿੱਚੋਂ ਹੀ ਉਹਨਾਂ ਨੂੰ ਸੰਬੰਧਿਤ ਰਿਟਰਨਿੰਗ ਅਫਸਰ ਵੱਲੋਂ ਚੋਣ ਨਿਸ਼ਾਨ ਅਲੋਟ ਕੀਤੇ ਜਾਣਗੇ। ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਅਗਲੇ 2 ਦਿਨਾਂ ਤੱਕ ਮੌਸਮ ਸਾਫ਼ ਰਹੇਗਾ, ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਹਾਲਾਂਕਿ ਮੀਂਹ ਨਾ ਪੈਣ ਕਾਰਨ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ। ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਹੋਇਆ ਹੈ। ਸੂਬੇ ਵਿੱਚ ਤਾਪਮਾਨ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਭਾਖੜਾ ਡੈਮ ਵਿੱਚ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਕਿਤੇ ਵੀ ਮੀਂਹ ਦਰਜ ਨਹੀਂ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧੇਗਾ। ਹੁਣ ਸੂਬੇ ਵਿੱਚ ਮਾਨਸੂਨ ਦੀ ਰਫ਼ਤਾਰ ਲਗਭਗ ਮੱਠੀ ਹੋ ਗਈ ਹੈ। ਮਾਨਸੂਨ ਸੀਜ਼ਨ 1 ਜੂਨ ਤੋਂ 30 ਸਤੰਬਰ ਤੱਕ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਇਸ ਵਾਰ ਇਹ ਸਥਿਤੀ ਤੇਜ਼ੀ ਨਾਲ ਪੈਦਾ ਹੋਣ ਲੱਗੀ ਹੈ। ਇਸੇ ਮਹੀਨੇ ਹੁਣ ਤੱਕ 57% ਘੱਟ ਬਾਰਿਸ਼ ਹੋਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਤਿੱਖੀ ਮੁਹਿੰਮ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਜਿਨ੍ਹਾਂ ਨੂੰ ਹਰਿਆਣਾ ਚੋਣਾਂ ਲਈ
AICC ਵੱਲੋਂ ਸੀਨੀਅਰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਹੇਗੀ। ਬਾਜਵਾ ਨੇ ਕਿਹਾ ਕਿ ਇਸ ਖਰਾਬ ਭਵਿੱਖਬਾਣੀ ਦਾ ਕਾਰਨ ਪੰਜਾਬ ਵਿੱਚ ਆਪ ਦੇ ਮਾੜੇ ਸ਼ਾਸਨ ਰਿਕਾਰਡ ਨੂੰ ਦੱਸਿਆ ਗਿਆ ਹੈ। ਬਾਜਵਾ ਨੇ ਕਿਹਾ ਕਿ ਹਰਿਆਣਾ ਦਾ ਪੰਜਾਬ ਨਾਲ ਡੂੰਘਾ ਸੰਬੰਧ ਹੈ ਅਤੇ ਇਸ ਦੇ ਲੋਕ ਆਪ ਸਰਕਾਰ ਦੇ ਨਿਰਾਸ਼ਜਨਕ ਟਰੈਕ ਰਿਕਾਰਡ ਤੋਂ ਪੂਰੀ ਤਰ੍ਹਾਂ ਜਾਣੂ ਹਨ। ਖਾਸ ਕਰਕੇ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਇਸ ਦੀ ਦੁਰਵਰਤੋਂ ਹਰਿਆਣਾ ਦੇ ਵੋਟਰਾਂ ਨੇ ਪਹਿਲਾਂ ਹੀ ਦੋਵਾਂ ਰਾਜਾਂ ਦੇ ਕਿਸਾਨਾਂ ਨਾਲ ਧੋਖਾ ਕਰਨ ਵਾਲੀ ਪਾਰਟੀ ਨੂੰ ਸ਼ਰਮਨਾਕ ਹਾਰ ਦੇਣ ਦਾ ਸੰਕਲਪ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦਿਆਂ ਬਾਜਵਾ ਨੇ ਉਹਨਾਂ 'ਤੇ ਸੂਬੇ ਵਿੱਚ ਰੁਜ਼ਗਾਰ ਦੇ ਅੰਕੜਿਆਂ ਬਾਰੇ ਝੂਠ ਬੋਲਣ ਦਾ ਦੋਸ਼ ਲਾਇਆ ਹੈ। ਮੁੱਖ ਮੰਤਰੀ ਅਕਸਰ 40,000 ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕਰਦੇ ਹਨ, ਫਿਰ ਵੀ ਆਪ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੰਨਿਆ ਹੈ ਕਿ ਸਿਰਫ 5,500 ਨੌਕਰੀਆਂ ਹੀ ਪੈਦਾ ਹੋਈਆਂ ਹਨ। ਹੁਣ ਇੱਕ ਤੁਹਾਨੂੰ ਅਪੀਲ ਕਰਨੀ ਆ ਕਿ ਤੁਹਾਡੀਆਂ ਸਰਪੰਚੀਆਂ ਆ ਰਹੀਆਂ ਨੇ ਬਿਲਕੁਲ ਨਿਰਪੱਖ ਹੋ ਕੇ ਆਪਣੇ ਪਿੰਡ ਦਾ ਨਿਰਪੱਖ ਸਰਪੰਚ ਜਿਹੜਾ ਚੁਣਨਾ, ਕੋਈ ਧੜੇਬੰਦੀ ਕੋਈ ਲੜਾਈ ਝਗੜੇ ਚ ਨਹੀਂ। ਮੇਰੀ ਤਾਂ ਇਹੋ ਹੀ ਬੇਨਤੀ ਆ ਕਿ ਦੇਖੋ ਲੜਾਈਆਂ ਝਗੜਿਆਂ 'ਚ ਵਿੱਚ ਧੜੇਬੰਦੀਆਂ 'ਚ ਆਪਣੇ ਨੁਕਸਾਨ ਹੁੰਦੇ ਨੇ। ਮੈਂ ਤੇ ਕਹੂੰਗਾ ਵੀ ਸਰਬਸੰਮਤੀ ਦੇ ਨਾਲ ਸਰਪੰਚ ਚੁਣੋ। ਮਾਨ ਸਾਹਿਬ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿਹੜਾ ਸਰਬਸੰਮਤੀ ਦੇ ਨਾਲ ਜਿਹੜਾ ਪਿੰਡ ਸਰਪੰਚ ਚੁਣੂਗਾ ਉਹਨੂੰ 5,00,000 ਰੁਪਇਆ ਉਹ ਦੇਣਗੇ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ, ਤੇ 5,00,000 ਰੁਪਇਆ ਮੈਂ ਆਪਣੇ ਵਿਵੇਕੀ ਗ੍ਰਾਂਟ ਦੇ ਵਿੱਚ ਉਸ ਪਿੰਡ ਨੂੰ ਦਊਂਗਾ ਜਿਹੜਾ ਪਿੰਡ ਸਰਬਸੰਮਤੀ ਦੇ ਨਾਲ ਆਪਣਾ ਸਰਪੰਚ ਬਣਾ। ਤੁਸੀਂ ਜੇ ਵੋਟਾਂ ਦੀ ਆਉਂਦੀ ਆ ਨੌਬਤ, ਵੈਸੇ ਤੇ ਸਰਬਸੰਮਤੀ ਜਿਹੜੀ ਆ ਉਹ ਬਹੁਤ ਵਧੀਆ ਹੁੰਦੀ ਆ, ਕਿਸੇ ਆਪਾਂ ਧੜੇਬੰਦੀ ਕਿਸੇ ਲੜਾਈ ਝਗੜੇ 'ਚ ਨਹੀਂ ਪੈਣਾ, ਬਿਲਕੁਲ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਆ ਆਪਾਂ ਆਪਣੇ ਵੋਟ ਦਾ ਇਸਤੇਮਾਲ ਜਿਹੜਾ ਕਰਨਾ। ਸਰਪੰਚ ਕੁਝ ਕਿਸੇ ਪਾਸੇ ਜ਼ਿਆਦਾ ਬੰਦੇ ਹੋ ਗਏ, ਕਿਸੇ ਪਾਸੇ ਘੱਟ ਹੋ ਗਏ, ਕੋਈ ਬਣ ਗਿਆ, ਪਰ ਜਦੋਂ ਬਣ ਜਾਂਦਾ ਆ ਉਹ ਫਿਰ ਸਾਰੇ ਪਿੰਡ ਦਾ ਹੀ ਹੁੰਦਾ। ਜੇ ਮੈਂ MLA ਬਣਿਆ ਤੇ ਮੈਂ ਕੋਈ ਇਹ ਨਹੀਂ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਆ ਉਹਨਾਂ ਵੋਟਾਂ ਪਾਈਆਂ ਤੇ ਉਹਨਾਂ ਦਾ ਹੀ ਆ। ਜਦੋਂ ਕੋਈ ਮੁੱਖ ਮੰਤਰੀ ਬਣਦਾ ਤੇ ਉਹ ਫਿਰ ਸਾਰੇ ਸੂਬੇ ਦਾ ਹੀ ਮੁੱਖ ਮੰਤਰੀ ਹੁੰਦਾ, ਜੇ ਕੋਈ MLA ਬਣਦਾ ਤੇ ਉਹ ਸਾਰੇ ਹਲਕੇ ਦਾ MLA ਹੁੰਦਾ। ਉਹ ਵੋਟਾਂ ਉਸੇ ਦਿਨ ਤੱਕ ਜਿੱਦਣ ਗਿਣਤੀ ਹੋ ਗਈ ਉਸ ਤੋਂ ਬਾਅਦ ਬਾਕੀ ਸਾਰਾ ਕੁਝ ਭੁੱਲ ਜਾਣਾ ਚਾਹੀਦਾ। ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਬਰਾਬਰ ਲੈ ਕੇ ਜਿਹੜਾ ਉਹ ਕੰਮ ਕਰਨੇ ਚਾਹੀਦੇ ਨੇ। ਇਸੇ ਤਰ੍ਹਾਂ ਹੀ ਸਰਪੰਚੀ ਦੇ ਵਿੱਚ, ਪੰਚੀ ਦੇ ਵਿੱਚ ਠੀਕ ਆ ਉਦੋਂ ਤੱਕ ਜਦੋਂ ਤੱਕ ਕਾਊਂਟਿੰਗ ਹੁੰਦੀ ਆ, ਉਸ ਤੋਂ ਬਾਅਦ ਇਹ ਸਾਰੇ ਭਾਈਚਾਰਕ ਸਾਂਝ ਬਣਾ ਕੇ ਆਪਾਂ ਜਿਹੜੀ ਆ ਉਹ ਰੱਖਣੀ ਆ। ਔਰ ਵਧੀਆ ਤੁਹਾਡਾ ਬਹੁਤ ਵਧੀਆ ਪਿੰਡ ਆ, ਆਪਾਂ ਵਧੀਆ ਏਕਤਾ ਦਾ ਸਬੂਤ ਜਿਹੜਾ ਆ ਉਹ ਇਸ ਇਲਾਕੇ ਦੇ ਵਿੱਚ ਦੇਣਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ। 2.5 ਸਾਲ ਹੋ ਗਏ ਸਰਕਾਰ ਨੂੰ, ਬਾਕੀ 2.5 ਸਾਲਾਂ ਦੇ ਵਿੱਚ ਵਿਕਾਸ ਪੂਰੇ ਪੰਜਾਬ 'ਚ ਹੀ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾ ਕਿ ਪੂਰੇ ਪੰਜਾਬ 'ਚ 1 ਸਾਲ ਬਰਾਬਰ ਵਿਕਾਸ ਜਿਹੜਾ ਕਰਨਾ, ਅਤੇ ਆਪਾਂ ਜਿਹੜਾ ਕੋਈ ਪਿੰਡ ਜਿਹੜਾ ਕੋਈ ਪੰਚਾਇਤ ਨਹੀਂ ਰਹਿਣ ਦੇਣੀ ਜਿਹੜੀ ਇਹ ਕਹੇ ਕਿ ਮੈਨੂੰ ਪੈਸੇ ਨਹੀਂ ਮਿਲੇ ਜਾਂ ਮੇਰਾ ਕੰਮ ਨਹੀਂ ਹੋਇਆ। ਸੋ ਮੈਂ ਉਸ ਕੰਮ 'ਤੇ ਲੱਗਾ ਕਿ ਵੱਧ ਤੋਂ ਵੱਧ ਪੈਸੇ ਜਿਹੜੇ ਆਪਣੇ ਏਰੀਏ ਨੂੰ ਪਿੰਡਾਂ ਦੇ ਜਿਹੜੇ ਕੰਮ ਪਿੰਡਾਂ ਦੇ ਵਿੱਚ ਪਿਛਲੇ 50 ਸਾਲਾਂ 'ਚ ਨਾ ਕਿਸੇ ਨੇ ਛੱਪੜ ਬਣਾਏ, ਨਾ ਕਿਸੇ ਨੇ ਫਿਰਨੀਆਂ ਬਣਾਈਆਂ, 4 ਸਫੇ ਦੇ ਜਿਹੜੇ ਪਿੰਡ ਦੇ ਨੇ, ਔਰ ਅੱਜ ਵੀ ਇੰਨੇ ਚਿਰ ਬਾਅਦ ਗਲੀਆਂ ਨਾਲੀਆਂ ਲਈ ਲੋਕ ਸਾਡੇ ਕੋਲ ਪੈਸੇ ਮੰਗਦੇ। ਹੁਣ ਆਪਣੀ ਇਹ ਕੋਸ਼ਿਸ਼ ਹੈ ਕਿ ਆਪਾਂ ਵਿਕਾਸ ਕਰੀਏ ਆਪਣੇ ਪਿੰਡਾਂ ਦੇ ਵਿੱਚ। ਲਿੰਕ ਰੋਡ ਵਗੈਰਾ, ਮੈਂ ਲਿੰਕ ਰੋਡਾਂ ਦਾ ਪੂਰਾ ਇੱਕ ਨਕਸ਼ਾ ਬਣਾਇਆ, ਉਹ ਵੀ ਮੈਂ ਤੁਹਾਨੂੰ ਅਗਲੇ ਦਿਨ ਹੀ ਦਿਖਾਊਂਗਾ ਵੀ ਉਹਦੇ 'ਚ ਕਿੱਦਾਂ ਅਸੀਂ ਸੜਕਾਂ ਬਣਾ ਰਹੇ। ਉਹ ਸੜਕਾਂ ਅਸੀਂ ਮਾਨ ਸਾਹਿਬ ਕੋਲ ਵੀ ਪੈਸੇ ਲਏ ਆ, ਮੰਡੀ ਬੋਰਡ ਕੋਲ, ਕਈ ਪਾਸੇ ਤੋਂ ਪ੍ਰਬੰਧ ਕਰ ਰਿਹਾ ਮੈਂ ਉਹਦਾ ਕਿ ਕੋਈ ਵੀ ਲਿੰਕ ਸੜਕ ਜਿਹੜੀ ਅਜਨਾਲਾ ਸ਼ਹਿਰ ਜਿਹੜਾ ਇਹਦੇ ਵਿੱਚ ਇੱਕ ਮੇਜਰ ਪ੍ਰੋਬਲਮ ਹੈ ਕਿ ਇੱਥੇ ਸਰ ਮਤਲਬ ਜਿਹੜੀ ਟ੍ਰੈਫਿਕ ਆ ਉਹਦਾ ਇੱਕ ਬਿਗ ਕਾਰਨ ਆ ਕਿ ਹੁਣ ਨਵੰਬਰ ਦੇ ਵਿੱਚ
ਗੰਨਾ ਆ ਜਾਣਾ ਅਤੇ ਮਾਰਚ ਤੱਕ 15 ਅਪ੍ਰੈਲ ਤੱਕ ਗੰਨੇ ਨੇ ਅਸੀਂ ਨਾਲੇ ਸ਼ਹਿਰ ਦਾ ਜੀੜਾ ਆਰਾਮ ਕਰਨਾ ਕਿਉਂਕਿ ਟ੍ਰੈਫਿਕ ਹੋ ਜਾਂਦੀ ਰਾਹ ਹੀ ਕੋਈ ਨਹੀਂ ਸ਼ੁਗਰ ਮਿਲ ਨੂੰ ਜਾਣ ਲਈ ਅਤੇ ਮੈਂ ਇੱਕ ਸੜਕ ਪਲੈਨ ਕੀਤੀ ਆ ਕਿ ਜਿਹੜੀ ਅਸੀਂ ਨਾਲੇ ਤੋਂ ਬਾਹਰ ਬਾਹਰ ਆ ਸਿੱਧੀ ਸ਼ੁਗਰ ਮਿਲ 'ਤੇ ਚੱਲ ਜਾਏ ਜੀ ਇੱਧਰੋਂ ਤੁਹਾਨੂੰ ਹੋ ਗਿਆ ਕੰਮ ਇੱਧਰੋਂ ਤੋਂ ਬਣ ਗਿਆ ਇੱਧਰੋਂ ਵੀ ਇੱਕ ਆਵੇ ਕਿ ਕਿਸੇ ਵੀ ਕਿਸਾਨ ਨੂੰ ਮਤਲਬ ਟ੍ਰੈਫਿਕ ਦੇ ਵਿੱਚ ਫਸਣਾ ਨਾ ਪਏ ਲੋਕ ਵੀ ਨਾ ਖਰਾਬ ਹੋਣ ਕਿਸਾਨ ਵੀ ਟਾਈਮ ਨਾ ਆਵੇ ਟਾਈਮ ਨਾ ਜਾਵੇ ਆਪਾਂ ਉਹ ਸੜਕ ਜਿਹੜੀ ਆ ਮੈਂ ਦਿਖਾ ਕੇ ਲਿਆ ਅਫਸਰਾਂ ਨੂੰ 4-5 ਦਿਨ ਪਹਿਲਾਂ ਅਫਸਰ ਨਾਲ ਖੜ੍ਹੇ ਸੀਗੇ ਤਲਵੰਡੀ ਰਾਏ ਦਾਦੂ ਤੋਂ ਸਿੱਧੀ ਦੇਖਿਓ ਤੁਸੀਂ ਕੀ ਬਣਦਾ ਅਗਲੇ 2.5 ਸਾਲਾਂ 'ਚ ਮੇਰਾ ਮੇਨ ਪ੍ਰੋਜੈਕਟ ਹੈ ਕਿ ਜਿਹੜੇ ਬਾਰਡਰ ਦੇ ਉੱਤੇ ਆ ਸਰਪੰਚ ਹੋਣੀ ਬੈਠੇ ਪਿੱਛੇ 100-100 ਕਿੱਲਾ ਗੰਨਾ ਲਾਇਆ ਇਹਨਾਂ ਨੇ ਔਰ ਇਹਨਾਂ ਨੂੰ ਕਿੰਨੀ ਸੌਖ ਹੋ ਜੂਗੀ ਕਿ ਬੰਦਾ ਕਿੱਥੇ ਸ਼ਹਿਰ 'ਚ ਫਸਿਆ ਦਿੰਦਾ ਕਿੱਥੋਂ ਬਾਅਦ ਦਾ ਬਾਅਦ ਸਿੱਧਾ ਮਿਲ 'ਚ ਜਿਹੜਾ ਜਾਇਆ ਕਰੂਗਾ ਸੋ ਇਹ ਵਿਕਾਸ ਲਈ ਜਿਹੜਾ ਅੱਜ ਵੀ ਮੀਟਿੰਗ ਕੀਤੀ ਅੱਜ ਜਿਹੜੇ ਇਹ ਪੈਸੇ ਦਿੱਤੇ ਆ ਇਹ ਇਹ ਵਿਕਾਸ ਹਰ ਪਿੰਡ ਦਾ ਹਰ ਗਲੀ ਦਾ ਹਰ ਘਰ ਦਾ ਕਰ ਔਰ ਅਸੀਂ ਵੱਡੀ ਲੈਵਲ 'ਤੇ ਸੜਕਾਂ ਬਣਾ ਰਹੇ ਜਿੰਨੇ 'ਚ ਰੋਡਸ ਨਹੀਂ ਹੋਣਗੀਆਂ ਇਹ ਬੁਨਿਆਦੀ ਢਾਂਚਾ ਜਿੰਨਾ 'ਚ ਰੋਡ ਦੀ ਤੁਹਾਡੇ ਕੋਈ ਇੰਡਸਟਰੀ ਨਹੀਂ ਆਊਗੀ ਕੋਈ ਬੰਦਾ ਛੈਲ ਲਾ ਕੇ ਰਾਜ ਆਪਾਂ ਰੋਡ ਜਿਹੜੀਆਂ ਉਹ ਬਣਾਉਣੀਆਂ ਤੀਜਾ ਜੇ ਆਪਾਂ ਰੇਲਵੇ ਦੇ ਨਾਲ ਜੁੜ ਜਾਂਦੇ ਹਾਂ ਤੁਸੀਂ ਦੇਖਿਓ ਅੱਜ ਹੋ ਸਕਦਾ ਕਈ ਲੋਕ ਕਹਿੰਦੇ ਉਰ ਗਏ ਨੇ ਜੀ ਉੱਦਾਂ ਹੀ ਗੱਲਾਂ ਨੇ ਪਰ ਸਰ ਗੱਲਾਂ ਉੱਦਾਂ ਨਹੀਂ ਹੁੰਦੀਆਂ ਗੱਲਾਂ ਜਦੋਂ ਹੁੰਦੀਆਂ ਅਤੇ ਗੱਲਾਂ ਦੇ ਅਰਥ ਹੁੰਦੇ ਆ ਔਰ ਗੱਲ ਜਦੋਂ ਇਕਦਾਂ ਸ਼ੁਰੂ ਹੁੰਦੀ ਹੈ ਭਾਵੇਂ ਉਹਨੂੰ 50 ਸਾਲ ਲੱਗ ਜਾਣ 20 ਸਾਲ ਲੱਗ ਜਾਣ 30 ਸਾਲ ਲੱਗ ਜਾਣ 10 ਸਾਲ ਲੱਗ ਜਾਣ 5 ਸਾਲ ਲੱਗ ਜਾਣ 2 ਸਾਲ ਲੱਗਣ ਜਿੰਨਾ ਮਰਜ਼ੀ ਲੱਗਣ ਸਾਡੇ ਤੋਂ ਬਾਅਦ ਵੀ ਜਿਹੜੇ ਲੋਕ ਆਉਣਗੇ ਇੱਥੇ ਉਹ ਸਾਰੇ ਮੰਗ ਕਰਨਗੇ ਕਿ ਰੇਲਵੇ ਨਾਲ ਸਾਨੂੰ ਜੋੜਿਆ ਜਾਵੇ ਕਿਉਂ ਨਾ ਜੋੜਿਆ ਜਾਵੇ ਅਸੀਂ ਸਰਹੱਦ 'ਤੇ ਬੈਠੇ ਹਾਂ ਬਿਲਕੁਲ ਬਾਰਡਰ 'ਤੇ ਬੱਲਰਵਾਲ ਪਿੰਡ ਹੈ ਔਰ ਜਿਹੜੀ ਦਸਾਂ ਨੌਵਾਂ ਦੇ ਕਿਰਤ ਦਾ ਸਿਧਾਂਤ ਹੈ ਸਾਡੇ ਰਾਜ ਸਿੱਖ ਬਰਾਦ ਦੀ ਸਭ ਤੋਂ ਵੱਧ ਕਿਰਤ ਕਰਦੀ ਕਿਰਤ ਕਰਨ ਵਾਲੇ ਉਹ ਲੋਕ ਹੈ ਪਰ ਉਹਨਾਂ ਦੀ ਕਿਰਤ ਦਾ ਮੁੱਲ ਨਹੀਂ ਪਿਆ ਇਸ ਕਰਕੇ ਕਿਉਂਕਿ ਉੱਥੇ ਰੇਲਵੇ ਲਿੰਕ ਜਿਹੜੀ ਆ ਉਹ ਹੈ ਨਹੀਂ ਬਦਲਾਵ ਲੈ ਕੇ ਆਵਾਂਗੇ ਬਦਲਾਵ ਲੈ ਕੇ ਆਵਾਂਗੇ ਲਿਆਂਦਾ ਭਗਵੰਤ ਮਾਨ ਲਿਆਂਦਾ ਪੂਰਾ ਆਇਆ ਕਿਹੜਾ ਬਦਲਾਵ ਪੂਰਾ ਆ ਗਿਆ ਹੁਣ ਮੈਂ ਪੁੱਛ ਲਿਆ ਕਿੰਨੇ ਕਹਿੰਦੇ ਉਵੇਂ ਹੀ ਹੈ ਬਾਈ ਉਹ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਿੱਕਲੀ ਸੁਣਾਈ ਜਾਂਦਾ ਸੀ ਹੁਣ ਸੀਐਮ ਬਣ ਗਿਆ ਹੁਣ ਵੀ ਕਿੱਕਲੀ ਚਲਾਈ ਜਾਂਦਾ ਮੈਂ ਕਿਹਾ ਸੁਣ ਲਓ ਕਿੱਕਲੀਆਂ ਮੈਂ ਤਾਂ ਸ਼ੀਸ਼ਪਾਲ ਨੂੰ ਕਿਹਾ ਮੈਂ ਕਿਹਾ ਪਤੰਦਰਾ ਐਵੇਂ ਵਾਅਦੇ ਕਰੀ ਜਾਂਦਾ ਕਿੱਕਲੀ ਤੂੰ ਸਿੱਖ ਲਾ ਜਦੋਂ ਇਹ ਕੁਛ ਮੰਗਣ ਕਿੱਕਲੀ ਸੁਣਾਤੀ ਇਹ ਤਾਂ ਹਾਸਾ ਖੇਡਾ ਕਰ ਲਓਗੇ ਕਿੱਕਲੀ ਸੁਣਾਓ ਇਹਨਾਂ ਦਾ ਢਿੱਡ ਭਰੋ ਉੱਥੇ ਵੋਟਾਂ ਪਵੋ ਹਿੰਦੁਸਤਾਨ ਚੱਲਦਾ ਹੀ ਹੈ ਜਿਹੜਾ ਜ਼ਿਆਦਾ ਭੋਗਾਂ ਤੇ ਆਉਂਦਾ ਉਹ ਜ਼ਿਆਦਾ ਵੋਟਾਂ ਨਾਲ ਭਾਵੇਂ ਗਲੀ ਬਣਾ ਲੈ ਆਪਣਾ ਇਹਨੂੰ ਕੱਖ ਨਾ ਦੇ ਇਹਨਾਂ ਦਾ ਕੋਈ ਪੈਨਸ਼ਨ ਇਹਨਾਂ ਦਾ ਗਲੀ ਇਹਨਾਂ ਦੀ ਨਾ ਬਣਾ ਕੋਈ ਇਹਨਾਂ ਦਾ ਨੌਕਰੀ ਇਹਨਾਂ ਦਾ ਭੋਗਾਂ ਤੇ ਤੁਰਿਆ ਰਿਹਾ ਬਸ ਕਿਉਂ ਬਈ ਇਹ ਨਹੀਂ ਖੁਸ਼ ਹੋ ਗਏ ਓ ਯਾਰ ਸਾਡੇ ਬਾਪੂ ਦੇ ਭੋਗ ਤੇ ਸ਼ੀਸ਼ ਪਾ ਲਾ ਉਹ ਭਲੇ ਉਹ ਮਾਨਸੋ ਗਲੀ ਤਾਂ ਤੁਹਾਡੀ ਬਣਾਈ ਨੀ ਉਹਦਾ ਤਾਂ ਏਡੇ ਏਡੇ ਗੋਡੇ ਚਿੱਬ ਕਰ ਦਿੰਦੇ ਅਮਰੀਕਾ ਤਾਂ ਆ ਗਏ ਉੱਥੇ ਭੋਗਾਂ ਤੇ ਕੋਈ ਨੀ ਜਾਂਦਾ ਉਹ ਕੰਮ ਕਰਦੇ ਇੱਥੇ ਭੋਗਾਂ ਤੇ ਵਿਆਹ ਤੇ ਲੀਡਰ ਤਾਂ ਭਾਲਦੇ ਰਹਿੰਦੇ ਵੀ ਇੱਕ ਭੋਗ ਤੇ ਵਿਆਹ ਆ ਜੇ ਕਿਉਂਕਿ ਸਾਡੇ ਨਾਲ 25 ਜਾਣੇ ਹੁੰਦੇ ਤੜਕੇ ਦੇ ਭੁੱਖੇ ਹੁੰਦੇ ਆ ਸਾਨੂੰ ਰੋਟੀ ਮਿਲ ਜਾਂਦੀ ਹੈ ਉੱਥੇ ਇੱਕ ਉਦਾਹਰਣ ਦਿੱਤੀ ਹੈ ਅਸੀਂ ਭੋਗਾਂ ਤੇ ਵੀ ਜਾਂਦੇ ਹਾਂ ਅਸੀਂ ਵਿਆਹਾਂ ਤੇ ਵੀ ਜਾਂਦੇ ਹਾਂ ਆਪਦੇ ਲੋਕਾਂ ਦੇ ਦੁੱਖ ਸੁੱਖ ਤੇ ਜਾਣਾ ਹੈ ਪਰ ਯਾਰ ਇਕੱਲਾ ਨਿਰਾਪੁਰਾ ਇਹ ਨਹੀਂ ਹੋਣਾ ਚਾਹੀਦਾ ਵੀ ਭੋਗਾਂ ਤੇ ਵਿਆਹਾਂ ਵਾਲਾ ਐਮਐਲਏ ਹੋਵੇ ਕੰਮ ਕਰਨ ਵਾਲਾ ਐਮਐਲਏ ਹੋਵੇ ਸੜਕਾਂ ਬਣਾਉਣ ਵਾਲਾ ਹੋਵੇ ਸਕੂਲ ਬਣਾਉਣ ਵਾਲਾ ਐਮਐਲਏ ਹੋਵੇ ਕਾਲਜ ਬਣਾਉਣ ਵਾਲਾ ਐਮਐਲਏ ਹੋਵੇ ਹਸਪਤਾਲ ਬਣਾਉਣ ਵਾਲਾ ਐਮਐਲਏ ਹੋਵੇ ਖਾਲੇ ਬਣਾਉਣ ਵਾਲਾ ਐਮਐਲਏ ਹੋਵੇ ਇਸ ਤਰ੍ਹਾਂ ਦਾ ਸਾਨੂੰ ਐਮਐਲਏ ਚਾਹੀਦਾ ਪਰ ਇਹ ਰਿਵਾਜ ਹੀ ਪੁੱਠਾ ਪੈ ਜਾਵੇ
ਇਸੇ ਕਰਕੇ ਕਹਿੰਦਾ ਦਿਲ ਤੋਂ ਤੇ ਦਿਮਾਗ ਤੋਂ ਦੋਨਾਂ ਤੋਂ ਵਿਚਾਰ ਕਰਕੇ ਫੈਸਲਾ ਲੈਣਾ ਚਾਹੀਦਾ। ਸੋ ਮੇਰੀ ਤੁਹਾਨੂੰ ਬੇਨਤੀ ਹੈ ਯਾਰ, ਹੁਣ ਸਮਾਂ ਬਹੁਤ ਹੋ ਗਿਆ। ਹਾਂ ਲੱਗਿਆ ਰਿਹਾ ਬਾਈ, ਨਹੀਂ ਮੈਂ ਗਾਉਣ ਵਾਲਿਆਂ ਵੀ ਲੱਗਿਆ ਰਹਾਂ। ਸੋ ਮੇਰੇ ਕਹਿਣ ਦਾ ਮਤਲਬ ਹੈ ਯਾਰ, ਗੱਲ ਇਹ ਹੈ ਚਲੋ ਲੱਗੇਗਾ ਤਾਂ ਧੰਨਵਾਦ, ਤੁਸੀਂ ਲੋਕ ਪਿਆਰ ਕਰਦੇ ਹੋ, ਮੈਨੂੰ ਵੀ ਚੰਗਾ ਲੱਗਦਾ ਹੈ ਜਿੱਥੇ ਲੋਕ ਇਕੱਠੇ ਹੋਣ ਆਪਦੇ ਲੋਕਾਂ ਨਾਲ ਗੱਲ ਤੇ ਵਿਚਾਰ ਕਰਨ ਦਾ, ਪਰ ਗੰਭੀਰਤਾ ਦੇ ਨਾਲ ਇਸ ਗੱਲ ਤੇ ਵਿਚਾਰ ਕਰਿਓ ਕਿ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਜੇ ਤੁਸੀਂ ਗੰਭੀਰਤਾ ਦੇ ਨਾਲ ਹਿੰਦੁਸਤਾਨ ਦੇ ਲੋਕ ਸੋਚਣ ਲੱਗ ਪੈਣ, ਹਿੰਦੁਸਤਾਨ ਦੁਬਾਰੇ ਸਿਉਣੀ ਦੀ ਚਿੜੀ ਬਣ ਸਕਦਾ।